ਮੈਨੂੰ ਸੀਗੀ ਪ੍ਰੋਬਲਮ ਫੇਸਟ ਵਾਲਾ ਦੀ, ਔਰ ਮੈਂ ਹੈਗੀ ਹਾਂ ਖੰਨੇ ਤੋਂ, ਅਤੇ ਮੈਂ ਬਹੁਤ ਸਾਰੇ ਡਾਕਟਰਾਂ ਨੂੰ ਦਿਖਾਇਆ ਬਟ ਉਹਨਾਂ ਨੂੰ ਮੇਰੀ ਪ੍ਰੋਬਲਮ ਪਤਾ ਨਹੀਂ ਲੱਗੀ ਕਿ ਮੈਨੂੰ ਕੀ ਪ੍ਰੋਬਲਮ ਆ. ਅਤੇ ਮੈਂ ਨੈੱਟ 'ਤੇ ਸਰਚ ਕੀਤਾ ਕਿ ਮਤਲਬ ਕਿ ਸਪੈਸ਼ਲਿਸਟ ਕਿਹੜੇ ਨੇ ਸਭ ਤੋਂ ਬੈਸਟ, ਅਤੇ ਮੈਨੂੰ ਮਤਲਬ ਕਿ ਸਰਹੰਦ ਦੇ ਰਾਣਾ ਹੋਸਪਿਟਲ ਦਾ ਸਭ ਤੋਂ ਪਹਿਲੇ ਮੈਨੂੰ ਆਇਆ ਕਿ ਤੁਸੀਂ ਮਤਲਬ ਕਿ ਮੈਂ ਇਹਨਾਂ ਦੇ ਸਾਰੇ ਰਿਵਿਊ ਦੇਖੇ, ਜਿੱਦਾਂ ਮੈਸੇਜ ਵਗੈਰਾ ਦੇਖੇ ਲੋਕਾਂ ਨੇ ਜੋ ਇਹਨਾਂ ਨੂੰ ਰਿਵਿਊ ਕੀਤਾ. ਅਤੇ ਮੈਂ ਫਿਰ ਇਹਨਾਂ ਕੋਲ ਆਈ ਸਰਹੰਦ, ਅਤੇ ਇਹਨਾਂ ਨੂੰ ਇਹਨਾਂ ਨੇ ਸਭ ਤੋਂ ਮਤਲਬ ਮੈਨੂੰ ਦੱਸਿਆ ਕਿ ਮੈਨੂੰ ਕੀ ਪ੍ਰੋਬਲਮ ਆ. ਮੈਨੂੰ ਕਿਸੇ ਵੀ ਡਾਕਟਰ ਨੇ ਨਹੀਂ ਦੱਸਿਆ ਕਿ ਤੈਨੂੰ ਇਹ ਪ੍ਰੋਬਲਮ ਆ, ਬਟ ਇਹਨਾਂ ਨੇ ਮੇਰੀ ਪ੍ਰੋਬਲਮ ਸਮਝੀ, ਮੈਨੂੰ ਦੱਸਿਆ ਕਿ ਤੇਰੀ ਇਹ ਪ੍ਰੋਬਲਮ ਹੈ, ਇਸ ਲਈ ਇਹਨਾਂ ਕੋਲ ਮੈਂ ਆਪਣਾ ਇਲਾਜ ਕਰਾਇਆ. ਮਤਲਬ ਕਿ ਇਹਨਾਂ ਨੇ ਬਹੁਤ ਵਧੀਆ ਤਰੀਕੇ ਨਾਲ ਮੇਰਾ ਇਲਾਜ ਕੀਤਾ. ਅਤੇ ਮੈਂ ਕਹਿੰਦੀ ਹਾਂ ਕਿ ਤੁਸੀਂ ਵੀ ਸਾਰੇ ਆਓ, ਜੇ ਤੁਹਾਨੂੰ ਕਿਸੇ ਨੂੰ ਕੋਈ ਵੀ ਕਿਸੇ ਨੂੰ ਪ੍ਰੋਬਲਮ ਆ ਤਾਂ ਪਲੀਜ਼ ਤੁਸੀਂ ਰਾਣਾ ਹੋਸਪਿਟਲ ਸਰਹੰਦ 'ਤੇ ਪਲੀਜ਼ ਵਿਜ਼ਿਟ ਕਰੋ, ਕਿਉਂਕਿ ਇਹ ਬਿਮਾਰੀ ਇੱਦਾਂ ਦੀ ਹੁੰਦੀ ਹੈ ਕਿ ਤੁਸੀਂ ਇਹਨੂੰ ਲੁਕਾ ਨਹੀਂ ਸਕਦੇ. ਇਹ ਬਿਮਾਰੀ ਇੱਦਾਂ ਦੀ ਹੈ, ਲੁਕਾਉਣ ਜੇ ਤੁਸੀਂ ਲੁਕਾਓਗੇ ਤਾਂ ਇਹਦਾ ਇਨਫੈਕਸ਼ਨ ਜ਼ਿਆਦਾ ਹੋਏਗਾ. ਪਹਿਲੇ ਮੈਨੂੰ ਵੀ ਹੁੰਦਾ ਸੀਗਾ ਕਿ ਮੈਂ ਨਹੀਂ ਦਿਖਾਉਣਾ, ਕਿ ਮੈਨੂੰ ਸ਼ਰਮ ਆਉਂਦੀ ਸੀ, ਬਟ ਸ਼ਰਮ ਵਾਲੀ ਕੋਈ ਗੱਲ ਨਹੀਂ ਹੈਗੀ. ਇਹ ਡਾਕਟਰ ਜਿਹੜੇ ਨੇ ਇਹ ਬਹੁਤ ਹੀ ਵਧੀਆ ਢੰਗ ਨਾਲ ਤੁਹਾਨੂੰ ਪਹਿਲੇ ਪ੍ਰੋਬਲਮ ਤੁਹਾਡੀ ਜੋ ਵੀ ਆ ਸਮਝਾਉਣਗੇ ਕਿ ਕਿਸ ਤੋਂ ਤੁਹਾਨੂੰ ਹੋਇਆ ਵਾ. ਮਤਲਬ ਕਿ ਕੋਈ ਵੀ ਦਿੱਕਤ ਆ ਤੁਸੀਂ ਆਪਣੇ ਡਾਕਟਰ ਨੂੰ ਆਣ ਕੇ ਨਾ ਡਾਕਟਰ ਨੂੰ ਆਣ ਕੇ ਸ਼ੇਅਰ ਕਰੋ. ਅਤੇ ਇੱਥੋਂ ਦਾ ਸਟਾਫ ਵੀ ਬਹੁਤ ਅੱਛਾ ਵਾ, ਵੈਰੀ ਨਾਈਸ ਸਟਾਫ. ਅਤੇ ਪਲੀਜ਼ ਅਗਰ ਤੁਹਾਨੂੰ ਕਿਸੇ ਨੂੰ ਵੀ ਕੋਈ ਇੱਦਾਂ ਦੀ ਪ੍ਰੋਬਲਮ ਆ ਤਾਂ ਪਲੀਜ਼ ਰਾਣਾ ਹੋਸਪਿਟਲ ਤੁਸੀਂ ਆਓ, ਡਾਕਟਰ ਨਾਲ ਮਿਲ ਕੇ ਤੁਸੀਂ ਗੱਲ ਕਰ ਸਕਦੇ ਹੋ ਜੋ ਵੀ ਤੁਹਾਨੂੰ ਕੋਈ ਪ੍ਰੋਬਲਮ ਹੋਈ. राणा हॉस्पिटल की यही है रीत, फिस्चुला पर होगी सदा ही जीत.